ਜਿੰਨੀ ਵੱਧ ਸੇਵਿੰਗ ਉਨੇ ਤੁਸੀਂ ਰਿਚ ਹੋ ਬਟ ਇਹ ਬਿਲਕੁਲ ਹੀ ਗਲਤ ਫੰਡਾ ਵਾ ਮੈਂ ਅੱਜ ਤੁਹਾਨੂੰ ਥੋੜੀਆਂ ਜਿਹੀਆਂ ਐਗਜ਼ਾਮਪਲਸ ਦਊਂਗਾ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਦੇ ਐਂਡ ਤੱਕ ਤੁਸੀਂ ਆਪ ਕਹੋਗੇ ਕਿ ਗੱਲ ਬਿਲਕੁਲ ਸਹੀ ਆ ਜਦ ਤੱਕ ਤੁਸੀਂ ਆਪਣੀ ਮਨੀ ਨੂੰ ਕੋਈ ਜੋਬ ਨਹੀਂ ਨਾ ਦਿੰਦੇ ਬੈਂਕ ਉਹੀ ਪੈਸਾ ਹੋਰ ਪਾਸੇ ਇਨਵੈਸਟ ਕਰਕੇ ਆਪ ਪੈਸਾ ਬਣਾ ਰਿਹਾ ਤਿੰਨ ਇਨਵੈਸਟਮੈਂਟਸ ਇੱਦਾਂ ਦੀਆਂ ਨੇ ਜਿਹੜੀਆਂ ਕਿ ਹਰੇਕ ਬੰਦੇ ਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਜਿਹਦੇ ਵਿੱਚ ਕਿ ਆਪਣਾ ਐਫਰਟ ਬਹੁਤ ਘੱਟ ਲੱਗਦਾ ਪਰ ਆਪਾਂ ਟਾਈਮ ਦੇ ਨਾਲ ਕਾਫੀ ਰਿਚ ਹੋ ਸਕਦੇ ਹਾਂ ਦੇਖੋ ਜੀ ਮਨੀ ਦੀ ਇੰਪੋਰਟੈਂਸ ਹਰੇਕ ਬੰਦੇ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ ਆਪਣੀ ਹੈਲਥ ਨੂੰ ਵਧੀਆ ਰੱਖਣ ਵਾਸਤੇ ਫਿਜ਼ੀਕਲੀ ਮੈਂਟਲੀ ਪੈਸਾ ਕੋਲ ਹੋਣਾ ਬਹੁਤ ਜ਼ਰੂਰੀ ਆ ਆਪਣੀ ਇੱਕ ਬੜੀ ਵੱਡੀ ਪ੍ਰੋਬਲਮ ਆ ਜਦੋਂ ਕੋਈ ਬੰਦਾ ਜ਼ਿਆਦਾ ਪੈਸੇ ਬਾਰੇ ਗੱਲਬਾਤ ਕਰਦਾ ਨਾ ਜਾਂ ਮਨੀ ਬਾਰੇ ਗੱਲਬਾਤ ਕਰਦਾ ਹਰ ਕੋਈ ਕਹਿਣ ਲੱਗ ਜਾਂਦਾ ਕਿ ਤੂੰ ਹਰ ਟਾਈਮ ਪੈਸਾ ਪੈਸਾ ਕਰਦਾ ਰਹਿਣਾ ਇੱਕ ਬੜੀ ਵੱਡੀ ਪ੍ਰੋਬਲਮ ਆ ਐਜੂਕੇਸ਼ਨ ਸਿਸਟਮ ਦੇ ਵਿੱਚ ਕਿ ਆਪਾਂ ਨੂੰ ਹਰ ਤਰ੍ਹਾਂ ਦੀ ਨੌਲੇਜ ਦਿੱਤੀ ਹੁੰਦੀ ਆ ਪਰ ਫਾਈਨੈਂਸ਼ੀਅਲ ਨੌਲੇਜ ਬਹੁਤ ਘੱਟ ਫਾਈਨੈਂਸ਼ੀਅਲ ਐਜੂਕੇਸ਼ਨ ਬਹੁਤ ਘੱਟ ਮਿਲਦੀ ਆ ਖਾਸ ਕਰਕੇ ਸਕੂਲਾਂ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਬੱਚਿਆਂ ਨੂੰ ਸਿਖਾਇਆ ਜਾਂਦਾ ਕਿ ਆਪਾਂ ਵਧੀਆ ਪ੍ਰੋਫੈਸ਼ਨ ਚਾਹੇ ਤੁਸੀਂ ਡਾਕਟਰ ਹੋ ਇੰਜੀਨੀਅਰ ਹੋ ਜਾਂ ਪਾਇਲਟ ਹੋ ਕੁਛ ਵੀ ਬਣਨਾ ਕਿਵੇਂ ਬਣਨਾ ਕਿਹੜੀਆਂ ਹਾਈ ਪੇਇੰਗ ਜੋਬਸ ਨੇ ਕਿਹੜੀਆਂ ਲੋਅ ਪੇਇੰਗ ਜੋਬਸ ਨੇ ਇੱਦਾਂ ਦੀ ਸਾਰੀ ਇਨਫੋਰਮੇਸ਼ਨ ਦੇ ਦਿੰਦੇ ਆ ਬਟ ਕੋਈ ਵੀ ਸਕੂਲ ਐਜੂਕੇਸ਼ਨ ਇੱਦਾਂ ਦੀ ਨਹੀਂ ਦਿੰਦਾ ਜਿਹਦੇ ਵਿੱਚ ਕਿ ਫਾਈਨੈਂਸ ਨੂੰ ਆਪਣੇ ਨੂੰ ਕਿੱਦਾਂ ਮੈਨੇਜ ਕਰਨਾ ਇਹ ਸਿਖਾਇਆ ਜਾਵੇ ਅਕਾਊਂਟਿੰਗ ਇਜ਼ ਅ ਡਿਫਰੈਂਟ ਥਿੰਗ ਇੱਕ ਬੜੀ ਵੱਡੀ ਕਮੀ ਮੈਨੂੰ ਲੱਗਦਾ ਹੁੰਦਾ ਤਾਂ ਇਸ ਟੋਪਿਕ 'ਤੇ ਮੈਂ ਸੋਚਿਆ ਤੁਹਾਡੇ ਨਾਲ ਗੱਲ ਕਰਾਂ ਕਿਉਂਕਿ ਇਹ ਬਹੁਤ ਹੀ ਜ਼ਰੂਰੀ ਗੱਲਾਂ ਬਾਤਾਂ ਨੇ ਸਿੰਪਲ ਗੱਲਾਂ ਨੇ ਜੇ ਆਪਾਂ ਥੋੜ੍ਹਾ ਜਿਹਾ ਸਮਝ ਲਈਏ ਮਨੀ ਨੂੰ ਮਨੀ ਵਰਕ ਕਿੱਦਾਂ ਕਰਦੀ ਆ ਦੁਨੀਆ ਦੇ ਵਿੱਚ ਬੈਂਕ ਕਿਵੇਂ ਵਰਕ ਕਰਦੇ ਆ ਕਿਉਂਕਿ ਬੈਂਕਾਂ ਦਾ ਜਿਹੜਾ ਫੰਡਾ ਵਾ ਬੜਾ ਸਿੰਪਲ ਆ ਬਟ ਇੱਦਾਂ ਦਾ ਇੱਕ ਬਿਜ਼ਨਸ ਬਣ ਚੁੱਕਿਆ ਬੈਂਕਿੰਗ ਕਿ ਆਪਾਂ ਛੇਤੀ ਛੇਤੀ ਸਮਝਦੇ ਨਹੀਂ ਆਪਾਂ ਨੂੰ ਸਿਰਫ ਇਹੀ ਸਿਖਾਇਆ ਗਿਆ ਕਿ ਜੇ ਤੁਸੀਂ ਲਾਈਫ ਦੇ ਵਿੱਚ ਸਕਸੈਸਫੁਲ ਹੋਣਾ ਜਿੰਨਾ ਵੀ ਪੈਸਾ ਕਮਾਉਂਦੇ ਹੋ ਜਿੰਨਾ ਤੁਸੀਂ ਸੇਵ ਕਰ ਸਕਦੇ ਹੋ ਆਪਣੀ ਇਨਕਮ ਆਪਣੇ ਐਕਸਪੈਂਸਿਸ ਕੱਢ ਕੇ ਸੇਵ ਕਰੋ ਜਿੰਨੀ ਵੱਧ ਸੇਵਿੰਗ ਉਨੇ ਤੁਸੀਂ ਰਿਚ ਹੋ ਬਟ ਇਹ ਬਿਲਕੁਲ ਹੀ ਗਲਤ ਫੰਡਾ ਵਾ ਮੈਂ ਅੱਜ ਤੁਹਾਨੂੰ ਥੋੜ੍ਹੀਆਂ ਜਿਹੀਆਂ ਐਗਜ਼ਾਮਪਲਸ ਦਊਂਗਾ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਦੇ ਐਂਡ ਤੱਕ ਤੁਸੀਂ ਆਪ ਕਹੋਗੇ ਕਿ ਗੱਲ ਬਿਲਕੁਲ ਸਹੀ ਆ ਸੋ ਪੂਰੀ ਵੀਡੀਓ ਦੇਖਿਓ ਵੀਡੀਓ ਨੂੰ ਪਲੀਜ਼ ਨਾਲ ਦੀ ਨਾਲ ਲਾਈਕ ਕਰ ਦਿਓ ਤੁਹਾਡੇ ਵੱਲੋਂ ਇੱਕ ਛੋਟੀ ਜਿਹੀ ਇਨਵੈਸਟਮੈਂਟ ਆ ਆਪਣੇ ਚੈਨਲ ਦੇ ਵਿੱਚ ਅਤੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਤਾਂ ਉਹ ਵੀ ਜ਼ਰੂਰ ਕਰ ਲਿਓ ਜਿਹੜੀ ਐਜੂਕੇਸ਼ਨ ਆਪਾਂ ਨੂੰ ਹੁਣ ਤੱਕ ਮਿਲੀ ਆ ਪੈਸੇ ਬਾਰੇ ਕਿ ਜਦੋਂ ਤੁਸੀਂ ਕੰਮ 'ਤੇ ਲੱਗਦੇ ਹੋ ਤੁਹਾਡੀ ਜੋ ਵੀ ਇਨਕਮ ਆਉਂਦੀ ਆ ਉਹਦੇ ਵਿੱਚੋਂ ਆਪਣਾ ਖਰਚਾ ਚਲਾਉਂਦੇ ਹੋ ਬਾਕੀ ਜੋ ਪੈਸੇ ਬਚਦੇ ਆ ਉਹ ਤੁਸੀਂ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਪਾ ਦਿੰਦੇ ਹੋ ਸੋ ਇੱਕ ਇਨਵੈਸਟਮੈਂਟ ਦੇ ਬਾਰੇ ਆਪਾਂ ਨੂੰ ਸਿਰਫ ਇਹੀ ਗੱਲ ਪਤਾ ਦੇਖੋ ਜੀ ਹੋ ਸਕਦਾ ਕਈ ਬਹੁਤੇ ਵਧੀਆ ਇਨਵੈਸਟਰ ਹੋਣ ਬਟ ਇੱਕ ਜਨਰਲ ਜਿਹੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਜਿੰਨਾ ਜ਼ਿਆਦਾ ਪੈਸਾ ਆਪਾਂ ਬੈਂਕ ਦੇ ਵਿੱਚ ਸੇਵ ਕਰਕੇ ਰੱਖਦੇ ਹਾਂ ਨਾ ਸੇਵਿੰਗ ਅਕਾਊਂਟ ਦੇ ਵਿੱਚ ਉਨਾ ਹੀ ਤੁਹਾਡਾ ਪੈਸਾ ਟਾਈਮ ਦੇ ਨਾਲ ਡੈਪਰੀਸ਼ੀਏਟ ਹੁੰਦਾ ਮੈਂ ਤੁਹਾਨੂੰ ਸਿੰਪਲ ਸ਼ਬਦਾਂ ਦੇ ਵਿੱਚ ਐਕਸਪਲੇਨ ਕਰਨ ਦੀ ਟਰਾਈ ਕਰਦਾ ਹੁੰਦਾ ਕੀ ਹੈ ਸਪੋਜ਼ ਕਰੋ ਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ$1,00,000 ਆਪਣੇ ਅਕਾਊਂਟ ਦੇ ਵਿੱਚ ਰੱਖਿਆ ਉਸ $1,00,000 ਦਾ ਸਪੋਜ਼ ਕਰੋ ਤੁਸੀਂ ਇੱਕ 2-bedroom ਹਾਊਸ ਬਾਏ ਕਰ ਸਕਦੇ ਹੋ ਜਸਟ ਐਨ ਐਗਜ਼ਾਮਪਲ ਆ ਤੁਹਾਨੂੰ ਲੱਗਦਾ ਵੀ $1,00,000 ਬੈਂਕ ਦੇ ਵਿੱਚ ਤੁਹਾਡਾ ਸੇਫ ਪਿਆ ਹੈ ਨਾ ਸਭ ਤੋਂ ਸੇਫੈਸਟ ਇਨਵੈਸਟਮੈਂਟ ਜਾਂ ਸਭ ਤੋਂ ਸੇਫੈਸਟ ਸੇਵਿੰਗ ਮੰਨੀ ਜਾਂਦੀ ਹੈ ਬੈਂਕ ਹੁਣ ਉਹੀ ਪੈਸਾ ਅੱਜ ਤੋਂ 5 ਸਾਲ ਬਾਅਦ ਉਹਦੀ ਵੈਲਿਊ ਕੀ ਹੋਊਗੀ 5 ਸਾਲ ਬਾਅਦ ਤੁਹਾਨੂੰ ਜਿਹੜਾ 2-bedroom ਹਾਊਸ ਆ ਹੋ ਸਕਦਾ ਉਹ ਤਕਰੀਬਨ 15-20% ਉਹਦੀ ਪ੍ਰਾਈਸ ਵੱਧ ਜਾਵੇ ਕੀ ਤੁਹਾਡਾ ਪੈਸਾ ਬੈਂਕ ਦੇ ਵਿੱਚ ਪਿਆ 15-20% ਵਧੂਗਾ ਬਿਲਕੁਲ ਵੀ ਨਹੀਂ ਕਦੇ ਵੀ ਨਹੀਂ ਵੱਧ ਸਕਦਾ ਇੰਨਾ ਪੈਸਾ ਪਿਆ ਪਿਆ ਡੈਪਰੀਸ਼ੀਏਟ ਹੁੰਦਾ ਜਦ ਤੱਕ ਤੁਸੀਂ ਆਪਣੀ ਮਨੀ ਨੂੰ ਕੋਈ ਜੋਬ ਨਹੀਂ ਨਾ ਦਿੰਦੇ ਬੈਂਕ ਉਹੀ ਪੈਸਾ ਹੋਰ ਪਾਸੇ ਇਨਵੈਸਟ ਕਰਕੇ ਆਪ ਪੈਸਾ ਬਣਾ ਰਿਹਾ ਤੁਸੀਂ ਬੈਂਕ ਦੇ ਵਿੱਚ ਪੈਸਾ ਜਮ੍ਹਾਂ ਕਰਾਉਂਦੇ ਹੋ ਸੇਵਿੰਗ ਅਕਾਊਂਟ ਦੇ ਵਿੱਚ ਸਪੋਜ਼ ਕਰੋ ਤੁਹਾਨੂੰ 4% ਇੰਟਰਸਟ ਮਿਲ ਰਿਹਾ ਪਰ ਜੇ ਤੁਸੀਂ ਬੈਂਕ ਤੋਂ ਕੋਈ ਵੀ ਲੋਨ ਲੈਣਾ ਤੁਹਾਨੂੰ 6-7% ਤੋਂ ਘੱਟ 'ਤੇ ਉਹਨਾਂ ਨੇ ਲੋਨ ਨਹੀਂ ਦੇਣਾ ਸੋ ਤੁਹਾਡੇ ਹੀ ਪੈਸੇ 'ਤੇ 3% ਜਾਂ 4% ਬੈਂਕ ਕਮਾ ਰਿਹਾ ਸਿੰਪਲ ਜੀ ਗੱਲ ਆ ਇਹ ਹੈ ਨਾ ਤਾਂ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਆਪਾਂ ਨੂੰ ਉਹ ਪੈਸਾ ਕਿਵੇਂ ਯੂਜ਼ ਕਰਨਾ ਚਾਹੀਦਾ ਇਹ ਤਾਂ ਹੋਗੀ ਪੈਸੇ ਦੀ ਵੈਲਿਊ ਜਾਂ ਡੈਪਰੀਸ਼ੀਏਸ਼ਨ ਦੀ ਗੱਲ ਕਰੀਏ ਜੇ ਆਪਾਂ ਨਾ ਕਿਉਂਕਿ ਟਾਈਮ ਦੇ ਨਾਲ ਹਰੇਕ ਚੀਜ਼ ਦੇ ਪ੍ਰਾਈਸ ਵਧੀ ਜਾ ਰਿਹਾ ਅਤੇ ਆਪਣੀ ਜਿਹੜੀ ਸੇਵਿੰਗ ਆ ਮਾਰਕੀਟ ਵੈਲਿਊ ਮਨੀ ਦੀ ਮਾਰਕੀਟ ਵੈਲਿਊ ਆ ਉਹ ਨਹੀਂ ਵੱਧਦੀ ਉਸ ਹਿਸਾਬ ਨਾਲ ਉਹ ਕਿਉਂ ਨਹੀਂ ਵੱਧਦੀ ਕਿਉਂਕਿ ਆਪਾਂ ਬਹੁਤ ਵੱਡੀ ਗਲਤੀ ਕਰਦੇ ਹਾਂ ਆਪਾਂ ਪੈਸਾ ਸੇਵ ਕਰ ਲੈਂਦੇ ਹਾਂ ਸੇਵ ਨਹੀਂ ਕਰਦੇ ਫਰੀਜ਼ ਕਰ ਲੈਂਦੇ ਬੈਂਕ ਦੇ ਵਿੱਚ ਕਿ ਉਹ ਪੈਸੇ ਨੂੰ ਕੋਈ ਜੋਬ ਨਹੀਂ ਦਿੰਦੇ ਹੁਣ ਉਸ ਪੈਸੇ ਨੂੰ ਜੋਬ ਕੀ ਦੇਣੀ ਹੈ ਬੇਸਿਕਲੀ 2 ਜਾਂ 3 ਰੀਜ਼ਨ ਹੁੰਦੇ ਆਪਾਂ ਨੂੰ ਪੈਸਾ ਆਪਣੇ ਕੋਲ ਕੈਸ਼ ਐਸੈਟ ਰੱਖਣਾ ਚਾਹੀਦਾ ਸੇਵਿੰਗ ਦੇ ਤੌਰ 'ਤੇ ਇੱਕ ਤਾਂ ਐਮਰਜੈਂਸੀ ਵਾਸਤੇ ਸੈਕਿੰਡ ਜੇ ਕੋਈ ਵੱਡੀ ਚੀਜ਼ ਬਾਏ ਕਰਨੀ ਹੈ ਥਰਡ ਜੇ ਤੁਸੀਂ ਕੋਈ ਵੱਡਾ ਲੋਨ ਪੇ ਆਫ ਕਰਨਾ ਇਹ 3 ਰੀਜ਼ਨ ਤੋਂ ਇਲਾਵਾ ਆਪਾਂ ਨੂੰ ਬਿਲਕੁਲ ਵੀ ਪੈਸਾ ਆਪਣੇ ਕੋਲ ਨਹੀਂ ਰੱਖਣਾ ਚਾਹੀਦਾ ਸੋ ਸੇਵਿੰਗ ਦੀ ਜੇ ਗੱਲ ਕਰੀਏ ਪਹਿਲਾਂ ਜਿਹੜੀ ਸੇਵਿੰਗ ਆ ਤਾਂ ਜੇ ਸਪੋਜ਼ ਕਰੋ ਤੁਹਾਡਾ ਕਿ ਮਹੀਨੇ ਦਾ ਖਰਚਾ $2,000 ਜਸਟ ਐਨ ਐਗਜ਼ਾਮਪਲ ਹੈ ਨਾ
$2,000 ਤੁਹਾਡਾ ਇੱਕ ਮਹੀਨੇ ਦਾ ਖਰਚਾ ਵਾ, ਤਾਂ ਜੇ ਤੁਸੀਂ ਗੁੱਡ ਸੇਵਰ ਹੋ ਅਤੇ ਥੋੜ੍ਹਾ ਜਿਹਾ ਬੈਕਅਪ ਪਲਾਨ ਰੱਖਣਾ ਚਾਹੁੰਦੇ ਹੋ ਆਪਣਾ, ਤਾਂ ਵੱਧ ਤੋਂ ਵੱਧ ਇੱਕ ਸਾਲ ਦੀ ਐਮਰਜੈਂਸੀ ਮਨੀ ਤੁਹਾਨੂੰ ਸੇਵ ਕਰਨੀ ਚਾਹੀਦੀ ਆ। ਸੋ ਜੇ $2,000 ਇੱਕ ਮਹੀਨੇ ਦਾ ਤੁਹਾਡਾ ਐਕਸਪੈਂਸਿਸ ਨੇ ਸਾਰੀ, ਤਾਂ 12 ਦੂਣੀ $24,000 $24,000 ਤੁਹਾਡੇ ਕੋਲ ਸੇਵਿੰਗ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਸੇਵ ਕਰਨਾ ਮੇਰੇ ਹਿਸਾਬ ਨਾਲ ਕੋਈ ਸਿਆਣੀ ਗੱਲ ਨਹੀਂ ਹੈਗੀ। ਉਸ ਤੋਂ ਬਾਅਦ 'ਚ ਆਪਾਂ ਕੀ ਕਰਨਾ, ਮੈਂ ਬੇਸਿਕਲੀ ਦੇਖੋ ਜੀ, ਮੈਂ ਕੋਈ ਮਤਲਬ ਪ੍ਰੋਫੈਸ਼ਨਲ ਜਾਂ ਕੋਈ ਹਾਈਟੈਕ ਕੋਈ ਐਡਵਾਈਸਰ ਨਹੀਂ ਹੈਗਾ, ਬਟ ਮੈਂ ਇਹ ਚੀਜ਼ਾਂ ਬਾਰੇ ਕਾਫੀ ਮਤਲਬ ਪੜ੍ਹਦਾ ਰਹਿੰਦਾ, ਰਿਸਰਚ ਕਰਦਾ ਰਹਿੰਦਾ, ਮੈਨੂੰ ਵਧੀਆ ਲੱਗਦਾ ਕੁਛ ਨਾ ਕੋਈ ਨਵਾਂ ਸਿੱਖਣਾ, ਹੈ ਨਾ। ਸੋ ਜਿਹੜੀ ਬੇਸਿਕ ਜੀ ਗੱਲ ਆ, ਤਿੰਨ ਚੀਜ਼ਾਂ ਨੇ, ਤਿੰਨ ਇਨਵੈਸਟਮੈਂਟਸ ਇੱਦਾਂ ਦੀਆਂ ਨੇ ਜਿਹੜੀਆਂ ਕਿ ਹਰੇਕ ਬੰਦੇ ਨੂੰ ਜ਼ਰੂਰ ਕਰਨੀਆਂ ਚਾਹੀਦੀਆਂ, ਜਿਹਦੇ ਵਿੱਚ ਕਿ ਆਪਣਾ ਐਫਰਟ ਬਹੁਤ ਘੱਟ ਲੱਗਦਾ ਪਰ ਆਪਾਂ ਟਾਈਮ ਦੇ ਨਾਲ ਕਾਫੀ ਰਿਚ ਹੋ ਸਕਦੇ ਹਾਂ। ਸੋ ਜਿਹੜੀ ਇਨਵੈਸਟਮੈਂਟ ਆ ਵੀ ਦੋ ਤਰੀਕੇ ਦੀ ਹੁੰਦੀ ਹੈ ਜੀ, ਇੱਕ ਤਾਂ ਹੁੰਦੀ ਹੈ ਐਕਟਿਵ ਇਨਵੈਸਟਮੈਂਟ, ਇੱਕ ਹੁੰਦੀ ਹੈ ਪੈਸਿਵ ਇਨਵੈਸਟਮੈਂਟ। ਐਕਟਿਵ ਇਨਵੈਸਟਮੈਂਟ ਦੇ ਵਿੱਚ ਤੁਹਾਨੂੰ ਆਪ ਕੰਮ ਕਰਨਾ ਪੈਂਦਾ ਤਾਂ ਤੁਹਾਡੀ ਮਨੀ ਜਨਰੇਟ ਹੁੰਦੀ ਹੈ, ਜਿੰਨਾ ਕੁ ਤੁਸੀਂ ਉਹਦੇ ਵਿੱਚ ਇਨਵੈਸਟ ਕੀਤਾ ਹੁੰਦਾ ਉਸ ਹਿਸਾਬ ਨਾਲ, ਜਿੰਨਾ ਤੁਸੀਂ ਕੰਮ ਕਰੋਗੇ ਉਨੀ ਵੱਧ ਤੁਹਾਡੀ ਮਨੀ ਜਨਰੇਟ ਹੋਊਗੀ। ਜਿਵੇਂ ਕਿ ਤੁਸੀਂ ਕੋਈ ਆਪਣਾ ਬਿਜ਼ਨਸ ਬਾਏ ਕਰ ਲਿਆ, ਬਿਜ਼ਨਸ ਦੇ ਵਿੱਚ ਤੁਹਾਨੂੰ ਐਫਰਟ ਪਾਉਣਾ ਪੈਣਾ ਰੈਗੂਲਰ। ਪੈਸਿਵ ਇਨਵੈਸਟਮੈਂਟ ਆਉਂਦਾ ਅਦਰ ਹੈਂਡ, ਪੈਸਿਵ ਇਨਵੈਸਟਮੈਂਟ ਉਹਨੂੰ ਕਹਿੰਦੇ ਆ ਜਿਹਦੇ ਵਿੱਚ ਇੱਕ ਵਾਰ ਤੁਸੀਂ ਪੈਸੇ ਇਨਵੈਸਟ ਕਰਤੇ ਉਹਦੀ ਇਨਕਮ ਆਉਣੀ ਸ਼ੁਰੂ ਹੋ ਜਾਣੀ ਆ, ਅਤੇ ਤੁਹਾਨੂੰ ਉਹਦੇ ਵਿੱਚ ਕੰਮ ਥੋੜ੍ਹਾ ਘੱਟ ਕਰਨਾ ਪੈਣਾ। ਜ਼ਿਆਦਾਤਰ ਲੋਕਾਂ ਨੂੰ ਪੈਸਿਵ ਇਨਵੈਸਟਮੈਂਟ ਵਧੀਆ ਲੱਗਦੀ ਆ ਕਿਉਂਕਿ ਉਹਦੇ ਵਿੱਚ ਆਪਣੀ ਐਨਰਜੀ ਆਪਣਾ ਐਫਰਟ ਘੱਟ ਲੱਗਦਾ। ਜਿੰਨਾ ਪੈਸਾ ਤੁਸੀਂ ਸੇਵ ਕਰ ਲਿਆ ਇੱਕ ਵਾਰ ਜਿਹੜਾ ਕਿ ਤੁਹਾਡਾ ਐਮਰਜੈਂਸੀ ਵਾਸਤੇ ਕੰਮ ਆਊਗਾ, ਜਿਵੇਂ ਆਪਾਂ $24,000 $25,000 ਪਹਿਲਾਂ ਗੱਲ ਕੀਤੀ ਸੀ, ਉਸ ਤੋਂ ਬਾਅਦ 'ਚ ਜਿੰਨਾ ਵੀ ਤੁਹਾਡੇ ਕੋਲ ਪੈਸਾ ਆਉਂਦਾ, ਸਭ ਤੋਂ ਪਹਿਲੀ ਗੱਲ, ਸਭ ਤੋਂ ਪਹਿਲੀ ਇਨਵੈਸਟਮੈਂਟ ਸ਼ੇਅਰਸ ਸਟੋਕ ਮਾਰਕੀਟ ਦੇ ਵਿੱਚ ਜਿਹੜੇ ਬਾਏ ਕਰਨੇ ਆ, ਜਿਹੜਿਆਂ ਦੀ ਤੁਸੀਂ ਥੋੜ੍ਹੀ ਜਿਹੀ ਰਿਸਰਚ ਕਰਨੀ ਪੈਣੀ ਆ ਕਿ ਕਿਹੜੇ ਸ਼ੇਅਰ ਨੇ ਜਿਹੜੇ ਤੁਹਾਨੂੰ ਡਿਵੀਡੈਂਟ ਪੇ ਕਰਦੇ। ਡਿਵੀਡੈਂਟ ਕੀ ਹੁੰਦਾ ਕੁਇਕਲੀ ਮੈਂ ਐਕਸਪਲੇਨ ਕਰ ਦਿੰਦਾ। ਜਿਵੇਂ ਤੁਸੀਂ ਕਿਸੇ ਕੰਪਨੀ ਦੇ ਸ਼ੇਅਰ ਬਾਏ ਕਰਦੇ, ਸਪੋਜ਼ ਕਰੋ ਇੱਕ ਸ਼ੇਅਰ ਬਾਏ ਕੀਤਾ, ਤਾਂ ਉਹ ਇੱਕ ਸ਼ੇਅਰ ਮਤਲਬ ਤੁਸੀਂ ਉਹ 1% ਉਸ ਕੰਪਨੀ ਦਾ ਹਿੱਸਾ ਬਣ ਚੁੱਕੇ ਹੋ, ਓਨਰ ਬਣ ਚੁੱਕੇ ਹੋ। ਤਾਂ ਫਿਰ ਜਦੋਂ ਉਹਦੇ ਪ੍ਰੋਫਿਟ ਹੁੰਦੇ ਆ ਕੰਪਨੀ ਦੇ, ਕਈ ਕੰਪਨੀਆਂ ਹਰ ਸਾਲ 'ਚ ਇੱਕ ਵਾਰ ਪੇ ਕਰਦੀਆਂ ਡਿਵੀਡੈਂਟਸ, ਕਈ ਕੰਪਨੀਆਂ ਕਰਦੀਆਂ ਸਾਲ 'ਚ 2 ਜਾਂ 3 ਵਾਰ। ਤਾਂ ਉਹਦੇ ਨਾਲ ਕੀ ਹੁੰਦਾ, ਕੰਪਨੀ ਜਿਹੜਾ ਵੀ ਆਪਣਾ ਪ੍ਰੋਫਿਟ ਤੁਹਾਡੇ ਨਾਲ ਉਨਾ ਪਰਸੈਂਟ, ਜਿੰਨੇ ਪਰਸੈਂਟ ਤੁਹਾਡੇ ਸ਼ੇਅਰ ਆ, ਸ਼ੇਅਰ ਕਰਦੀ ਆ, ਤਾਂ ਤੁਹਾਨੂੰ ਕੁਛ ਨਾ ਕੁਛ ਇਨਵੈਸਟਮੈਂਟ ਵਾਪਸ ਆਉਂਦੀ ਆ। ਸਪੋਜ਼ ਕਰੋ ਮੈਂ ਤੁਹਾਨੂੰ ਗੱਲ ਦੱਸਦਾ, ਜਿਵੇਂ ਮਰਕਰੀ ਐਨਰਜੀ ਆ ਇੱਥੇ ਦੀ, ਜਿਵੇਂ ਬਿਜਲੀ ਜਿਹੜੀ ਪ੍ਰੋਵਾਈਡ ਕਰਦੀ ਆ ਉਹ ਐਨਰਜੀ ਕੰਪਨੀ ਆ, ਉਹਦੇ ਵਿੱਚ ਮੈਂ ਥੋੜ੍ਹੇ ਜਿਹੇ ਸ਼ੇਅਰ ਬਾਏ ਕੀਤੇ ਐਗਜ਼ਾਮਪਲ, ਹੈ ਨਾ, ਤਾਂ ਉਹ ਆਪਣੇ ਪ੍ਰੋਫਿਟ ਦਾ 4% ਡਿਵੀਡੈਂਟ ਪੇ ਕਰਦੀ ਆ। ਤਾਂ ਜੇ ਉਹਨੇ $1,000,000 ਕਮਾਇਆ ਤਾਂ ਮੇਰਾ ਹਿੱਸਾ ਉਹਦੇ ਵਿੱਚ ਇੱਕ ਸ਼ੇਅਰ ਆ, ਤਾਂ ਮੈਨੂੰ ਉਹਦਾ 4% ਮਿਲੂਗਾ। ਸੋ ਇਸ ਤਰੀਕੇ ਨਾਲ ਡਿਵੀਡੈਂਟ, ਸੋ ਤੁਸੀਂ ਫਾਈਂਡ ਕਰ ਸਕਦੇ ਹੋ ਵੀ ਕਿਹੜੀਆਂ ਕੰਪਨੀਆਂ ਨੇ ਸ਼ੇਅਰ ਮਾਰਕੀਟ ਦੇ ਵਿੱਚ ਜਾ ਕੇ ਜਿਹੜੀਆਂ ਕਿ ਡਿਵੀਡੈਂਟ ਪੇ ਕਰਦੀਆਂ ਨਾਲ ਦੀ ਨਾਲ, ਅਤੇ ਥੋੜ੍ਹੀਆਂ ਸਮੂਥ ਨੇ। ਅੱਛਾ, ਇੱਕ ਚੀਜ਼ ਹੋਰ ਸ਼ੇਅਰ ਬਾਏ ਕਰਨ ਬਾਰੇ ਮੈਂ ਤੁਹਾਨੂੰ ਗੱਲ ਕਰਨੀ ਚਾਹੁੰਦਾ ਵੀ ਜਦੋਂ ਆਪਾਂ ਸ਼ੇਅਰ ਬਾਏ ਕਰਦੇ ਨਾ, ਜੇ ਤੁਸੀਂ ਇੰਡੀਵਿਜੁਅਲ ਇੱਕ ਕੰਪਨੀ ਦੇ ਵਿੱਚ ਸ਼ੇਅਰ ਬਾਏ ਕਰਦੇ ਹੋ, ਉਹ ਥੋੜ੍ਹਾ ਡਿਫੀਕਲਟ ਹੋ ਜਾਂਦਾ ਕਿਉਂਕਿ ਤੁਹਾਨੂੰ ਫਿਰ ਉਹ ਕੰਪਨੀ ਦੀ ਫਾਈਨੈਂਸ਼ੀਅਲ ਰਿਪੋਰਟਸ ਦੇਖਣੀਆਂ ਪੈਂਦੀਆਂ, ਅਤੇ ਹੋਰ ਬਹੁਤ ਕੁਛ ਨਾ ਵੀ ਉਹਦੀ ਗਰੋਥ ਕਿਵੇਂ ਚੱਲ ਰਹੀ ਆ ਪਿਛਲੇ 1 ਸਾਲ 6 ਮਹੀਨੇ 'ਚ, ਅਤੇ ਉਹ ਕੰਪਨੀ ਕਰ ਕੀ ਰਹੀ ਆ। ਇਹਦਾ ਇੱਕ ਹੋਰ ਵਧੀਆ ਵੇ ਆ, ਅਲੱਗ ਅਲੱਗ ਤਰ੍ਹਾਂ ਦੀਆਂ ਇੰਡੈਕਸ, ਅਲੱਗ ਅਲੱਗ ਤਰ੍ਹਾਂ ਦੀਆਂ ਨਾ ਬਣੀਆਂ ਹੁੰਦੀਆਂ ਨੇ। ਜਿਵੇਂ ਇੱਕ ਹੈਗੀ ਆ S&P 500, ਉਹਦੇ ਵਿੱਚ ਕੀ ਹੁੰਦਾ, ਉਹਦੇ ਵਿੱਚ 500 ਜਿਵੇਂ ਅਮੈਰੀਕਾ ਦੀਆਂ ਟੌਪ ਦੀਆਂ ਕੰਪਨੀਜ਼ ਨੇ ਨਾ, ਉਹਨਾਂ ਦਾ ਇੱਕ ਗਰੁੱਪ ਤਿਆਰ ਕੀਤਾ ਹੁੰਦਾ, ਉਹਦੇ ਸ਼ੇਅਰ ਬਾਏ ਕਰ ਲਏ। ਥੋੜ੍ਹੀ ਜਿਹੀ ਕੀਮਤ ਉਹਦੀ ਹਾਈ ਹੁੰਦੀ ਆ, ਉਹਦੇ ਵਿੱਚ ਕੀ ਹੁੰਦਾ, ਜੇ ਇੱਕ ਕੰਪਨੀ ਵਧੀਆ ਨਹੀਂ ਪਰਫੋਰਮ ਕਰ ਰਹੀ, ਦੂਜੀ ਕਰ ਰਹੀ ਆ, ਤਾਂ ਤੁਹਾਡਾ ਬੈਲੈਂਸ ਰਹੂਗਾ। ਤਾਂ ਉੱਦਾਂ ਦੇ ਸ਼ੇਅਰ ਬਾਏ ਕਰਨ ਦਾ ਮੇਰੇ ਖਿਆਲ ਦੇ ਵਿੱਚ ਜ਼ਿਆਦਾ ਫਾਇਦਾ ਵਾ, ਕਿਉਂਕਿ ਉਹਦੇ ਵਿੱਚ ਤੁਹਾਡੀ ਗਰੋਥ ਦੀ ਵੀ ਇੱਕ ਪੈਟਰਨ ਬਣਿਆ ਰਹਿੰਦਾ, ਅਤੇ ਜਿਹੜੀ ਤੁਹਾਡੀ ਲੋਸ ਹੁੰਦਾ ਨਾ, ਉਹ ਵੀ ਥੋੜ੍ਹਾ ਜਿਹਾ ਬਚਾ ਰਹਿੰਦਾ ਉਹ ਤੋਂ, ਕਿਉਂਕਿ ਕੋਈ ਨਾ ਕੋਈ ਕੰਪਨੀ ਬੈਡ ਚੱਲ ਰਹੀ ਆ ਤਾਂ ਕੋਈ ਨਾ ਕੋਈ ਕੰਪਨੀ ਗੁੱਡ ਵੀ ਚੱਲ ਰਹੀ ਆ। ਇਨਵੈਸਟਮੈਂਟ ਇੱਦਾਂ ਦੀ ਕਰੇ ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਤੁਹਾਨੂੰ ਕੁਛ ਨਾ ਕੁਛ ਰਿਟਰਨ ਆਉਂਦੀ ਰਹੇ, ਸੈਕਿੰਡਲੀ ਤੁਹਾਡੀ ਇਨਵੈਸਟਮੈਂਟ ਜਿਹੜਾ ਪੈਸਾ ਕੀਤਾ ਉਹ ਵੀ ਗਰੋ ਹੋਵੇ, ਥਰਡਲੀ ਸੇਫ ਹੋਵੇ। ਹੁਣ ਜਿਹੜੇ ਸਟੋਕ ਮਾਰਕੀਟ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ, ਥੋੜ੍ਹਾ ਜਿਹਾ ਰਿਸਕ ਤਾਂ ਹੁੰਦਾ, ਬਟ ਇੱਦਾਂ ਕਦੇ ਨਹੀਂ ਹੋਇਆ। ਮੈਂ ਕਾਫੀ ਦੇਰ ਤੋਂ ਸਟੋਕ ਮਾਰਕੀਟ ਦੇ ਵਿੱਚ ਇਨਵੈਸਟ ਕਰ ਰਿਹਾ, ਤਾਂ ਮੈਨੂੰ ਕਦੇ ਵੀ ਥੋੜ੍ਹਾ ਧਿਆਨ ਨਾਲ ਚੱਲਣਾ ਪੈਂਦਾ, ਪਰ ਕਦੇ ਵੀ ਇੱਦਾਂ ਦਾ ਲੋਸ ਨਹੀਂ ਹੁੰਦਾ। ਹੁਣ ਕਈ ਬੰਦੇ ਕਹਿਣਗੇ ਵੀ ਜੇ ਆਪਾਂ ਬੈਂਕ ਦੇ ਵਿੱਚ ਪੈਸਾ ਲਾਉਂਦੇ ਹਾਂ ਤਾਂ ਉਹ ਇੰਨਾ ਇੰਟਰਸਟ ਪੇ ਕਰਦੇ ਆ, ਤੁਸੀਂ ਨੋਟਿਸ ਕਰਿਓ। ਜਿਵੇਂ ਹੁਣ ਮੈਂ ਨਿਊਜ਼ੀਲੈਂਡ ਦੀ ਗੱਲ ਕਰਾਂ, ਤਾਂ ਅੱਜ ਤੋਂ ਤਕਰੀਬਨ 6 ਮਹੀਨੇ ਜਾਂ ਸਾਲ ਪਹਿਲਾਂ ਇੰਟਰਸਟ ਰੇਟ ਘਰਾਂ ਦੇ ਘੱਟ ਸੀਗੇ, ਬੈਂਕ ਇੰਟਰਸਟ ਬਹੁਤ ਘੱਟ ਪੇ ਕਰ ਰਿਹਾ ਸੀ, ਤਕਰੀਬਨ 1 ਜਾਂ 1.5% ਸੀਗਾ, ਹੁਣ ਹੈਗਾ 4 ਤੋਂ ਉੱਤੇ। ਬਟ ਫਲਕਚੁਏਸ਼ਨ ਇੰਨੀ ਜ਼ਿਆਦਾ ਵਾ, ਕਦੇ ਬਹੁਤ ਵੱਧ ਜਾਂਦਾ, ਕਦੇ ਬਹੁਤ ਘੱਟ ਜਾਂਦਾ। ਜਿਹੜੀ ਸਟੋਕ ਮਾਰਕੀਟ ਦੇ ਵਿੱਚ ਤੁਹਾਨੂੰ 3% ਵੀ ਡਿਵੀਡੈਂਟ ਆ ਰਿਹਾ ਨਾ, ਆਈ ਥਿੰਕ ਦੈਟਸ ਰੀਅਲੀ ਗੁੱਡ ਔਨ ਅ ਲੋਂਗ ਟਰਮ। ਪਰ ਸਟੋਕ ਬਾਏ ਕਰਨ ਦੀ ਇੱਕ ਸਭ ਤੋਂ ਵੱਡੀ ਗੱਲ, ਕੰਟੀਨਿਊਅਸ ਤੁਹਾਨੂੰ ਇਨਵੈਸਟ ਕਰਨਾ ਪੈਣਾ। ਜੇ ਤੁਸੀਂ ਜ਼ਿਆਦਾ ਨਹੀਂ,
छोटी रकम भी इन्वेस्ट कर सकते हो, जिवें $50 कर लो महीने के, पर $50 हर मंथ थोड़े इन्वेस्ट होंदे रहने चाहिए आ। फिर वह जो डिविडेंट आऊगा थोड़ा पैसे वापस आवगे, टाइम के नाल वो ग्रोथ वधिया होगी, सो थोड़ी इन्वेस्टमेंट तो थोड़ा एक रैगूलर रिटर्न आने लग जूगी। दूजी इन्वेस्टमेंट की गल करिए, दूजी इन्वेस्टमेंट हैगी जी अपनी रियल एस्टेट प्रॉपर्टीज़, चाहे वह कमर्शियल लै लो चाहे रेजीडेंशियल लै लो। जे उन्हां दी गल करिए उहदे विच भी बहुत फायदे ने। एक मैं दरवाजा बंद कर लूँगा। सो जिहड़ी आपां रीयल एस्टेट की गल करते हैं, रीयल एस्टेट दे विच की हुंदा, तुसीं कोई प्रॉपर्टी कोई घर बाय करते हो फॉर एग्जाम्पल, है ना, तो उहदे विच फिर आपां नूं एक रेंटल वास्ते उहनूं रेंट देना पैंदा, वह बंदे फिर तुहानूं घर दा रेंट पे करनगे, जिहदे विच तुसीं घर दे सारे खर्चे कढ के, जिहदे विच तुहाडी घर दी मेनटेनेंस आ गई, तुहाडी मॉर्गेज ते होर एक्सपेंसिस आ गए, वह सारे कढ के बाकी जो पैसे बचदे आ वह तुहाडी सेविंग आ, तुहाडा प्रॉफिट आ। बट उहदे नाल नाल एक चीज़ होर आ, तुसीं एक इनिशियल पेमेंट देनी आ उस प्रॉपर्टी वास्ते, उस तो बाद घर दी मॉर्गेज तुहाडे जिहड़े रेंट ते रह रहे ने वह पे करदे आ। सो इह एक वधिया इनवैसटमेंट आ। इस चीज़ वाल थोड़ा जहा आपां सीरीयस होकर ध्यान देना चाहिए, इन्वैसटमेंट थोड़ी वड्डी आ, बट ये फिर भी ना तो यह पूरी तरह एक्टिव आ ना ही पूरी तरह पैसिव आ, क्योंकि थोड़ा फिर भी घर की मेनटेनेंस वाल ध्यान देना पैना थोड़ा बहुत, है ना, कोई भी प्रॉब्लम आती है जो थोड़े टेनेंट ने वो तुम्हें आके कहे भी घर के आ हो गया फिक्स करो या इदा, ये चीज़ा का थोड़ा जहा हों, बट फिर भी स्टिल इट्स अ गुड इन्वैसटमेंट। दूजी गल ये फायदा होंगे कि घर की वैल्यू टाइम के नाल हमेशा वधदी आ, प्रॉपर्टी के इन्वैसट किया कदे भी वेस्ट नहीं जाता, जिवें जिवें प्रॉपर्टी की वैल्यू वधदी आ, एक तो वह थोड़ी पे करी जा रहे टाइम के नाल, है ना, मॉर्गेज घर का जो भी लोन सीगा नाल दी नाल थोड़ी प्रॉपर्टी की वैल्यू वध रही आ। तीसरी जिहड़ी एक होर इन्वैसटमेंट आ वह हैगी जी तुहाडे कोल, जे कोई वधिया बिजनेस प्लान आ अपने बिजनेस के इन्वैसट करो, जे तुसीं अपने बिजनेस के वधिया तरीके ने इन्वैसट करदे तो तुहानूं फेथ हैगा भी वह बिजनेस टाइम के नाल वधिया काम करूगा, तो उस तो वधिया होर कोई रीस नहीं हैगी। बट बिजनेस के विच थोड़ा बहुत रिस्क भी हुंदा भी जो बिजनेस ना चलिया तो तुहाडा पैसा डुब भी सकदा, पर जे तुहानूं फेथ हैगा या तुसीं कोई ऑलरेडी रन हो रहा बिजनेस बाय करदे हो जिदी कि ऑलरेडी टर्न ओवर हैगी सब कुछ चल रहा वा, तो बहुत ही वधिया गल आ जे तुसीं अफोर्ड कर सकते हो। ये दो तीन गल्लां सीगियां जिहड़ियां मैनूं लगदा सी कि तुहाडे नाल शेयर करा, पर ठीक है जी, मैं कोशिश की है कि थोड़ी जी इस चीज़ बारे आपां लाइट पाइए, ये चीज़ों वल ध्यान दिया करिए, वधिया चीज़ आ जे आपां सही तरीके नाल अपनी मनी नूं यूटिलाइज करिए, क्योंकि अदरवाइज बैंक तो फिर कर रहे आ, उहदा फायदा आपां नूं नहीं सिर्फ बैंक नूं हुंदा। मैं कि तुहाडे नाल छोटी जी गल होर करनी चाहुंदा, अपने मनी की करंसी की वैल्यू घटती वधदी किवें आ। जदों कोविड पेंडेमिक आया सी ना, जिहड़ी फैडरल बैंक आ अमेरिका दे विच, तां उन्होंने बिलियनस ने ट्रिलियनस ऑफ डॉलर बिना किसी वैल्थ क्रिएट किए प्रिंट किया, क्योंकि उन्होंने कोल राइट्स है मनी प्रिंट करन दे। उहदे नाल की होया, जदों भी आपां कोई भी पैसा प्रिंट करते हैं ना, जदों फैडरल बैंक प्रिंट करती है, उस तो पहला वैल्थ क्रिएट करनी बहुत जरूरी आ। बिना वैल्थ क्रिएट किए पैसा प्रिंट करना बहुत ही ज़्यादा लॉस हुंदा, पर वह पेंडेमिक दे विच उन्हां नूं करना पिया। उहदे वैल्थ क्रिएट किद्दां हुंदी आ, जॉब्स हुंदियां, पॉसिबिलिटी, मतलब लोगों वास्ते काम वधदा, तो काम वधदा तो मनी की रोटेशन वधदी आ, पर वो काम नहीं किया उन्होंने। सो इहदा नुकसान की होया, सपोज़ करो हरेक बंदे नूं $5,000 उन्होंने देता, ठीक है, वह जो पैसा दिता तो लोग जाके शॉपिंग कर ली, कपड़े खरीद ले फॉर एग्जाम्पल, है ना, शैल्फा खाली हो गई, कपड़े ले आए, जिथे कंपनी कपड़ा बनाती सी उस जगह पर कपड़ा नवा प्रोड्यूस नहीं सी हो रहा, तो क्योंकि पेंडेमिक करके काम नहीं सी चल रहा, वो की होया सारी रोटेशन सारी सप्लाई चेन पर असर पिया। हुण हर प्रोडक्ट लेट आया क्योंकि प्रोडक्शन लेट स्टार्ट हुई, सप्लाई घट गई, कितने धागा नहीं आया, कितने सूई नहीं आई, कितने कपड़ा नहीं आया, कितने पीपल नहीं आए, है ना, ये चीज़ों के नाल हरेक चीज़ की डिमांड वधी, सप्लाई घट सी, रेट वध गए, महंगाई वध गई। छोटी जी एग्जाम्पल दी है तुहानू, आई थिंक ये अपनी जिवें ऐ कह लो भी पूरी सेंचुरी दे विच ना ये सब तो ज़्यादा डिजास्टर थिंग हुई है, भी जिहड़ा इन्ना पैसा प्रोड्यूस करके वैल्थ नहीं क्रिएट की, ता ही अज सब कुछ महंगा हो ही जा रहा। एनीवे छोटी जी एग्जाम्पल सी कि मनी रोटेट किदा हुंदी आ। जे तुसीं चाहुंदे हो इदां दी वीडियोज़ आपां होर बनाईए तां प्लीज़ वीडियो नूं लाइक करो, अपना प्यार दिओ, तो कमेंट करके अपनी फीडबैक जरूर दिओ, ठीक है जी। जे वीडियो चंगी लगी तो प्लीज़ सबसक्राइब करना ना भुल्यो चैनल नूं। जिन्हां मैं तुहाडे नाल गल्लां बातें कीतियां ने ना, मैं खुद उन्हां नूं बहुत हद तक फॉलो करदा, तो मैं हमेशा बहुत बेनीफिट देखे ने इन चीज़ों के। सो थोड़ी जी स्मार्टली चलीए तो आप काफ़ी लाइफ अपनी ईजी कर सकते हैं। तो ठीक है जी, अज्ज वाली वीडियो आप इत्थे फिनिश करते हैं, मिलते हैं तुहानूं अगली वीडियो के विच, उद तक लई प्यार भरी सत श्री अकाल।